ਪੁੱਛਣਾ ਚਾਹੁੰਦਾ ਕਿ ਤੁਹਾਨੂੰ ਆਪਰੇਸ਼ਨ ਕਰਾਇਆ ਹੁਣ ਹਫ਼ਤਾ ਹੋ ਗਿਆ ਤੇ ਕਿੱਦਾਂ ਫੀਲ ਕਰਦੇ ਹੋ ਹਫ਼ਤੇ ਬਾਅਦ ਤੁਹਾਨੂੰ ਦਰਦ ਵਗੈਰਾ ਹੋਵੇ ਕੋਈ ਹੋਰ ਦਿੱਕਤ ਹੋਵੇ ਕੋਈ ਦਰਦ ਨਹੀਂ ਜੀ ਬਿਲਕੁਲ ਸਹੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਚੱਲਣ ਫਿਰਨ 'ਚ ਪੌੜੀਆਂ ਚੜ੍ਹਨ 'ਚ ਚੱਲਣ ਫਿਰਨ 'ਚ ਅੱਗੇ ਨਾਲੋਂ ਮੈਂ ਵਧੀਆ ਸਮਝਦਾ ਜੀ ਬੈਠਾ ਹਾਂ ਪਹਿਲਾਂ ਵਜ਼ਨ ਕਿੰਨਾ ਸੀਗਾ ਪਹਿਲਾਂ ਵਜ਼ਨ ਸੀਗਾ ਜੀ 1.47 ਅੱਛਾ ਹਫ਼ਤੇ ਬਾਅਦ ਕਿੰਨਾ ਨਜ਼ਰ ਆਇਆ ਹੁਣ ਜੀ ਆ ਰਿਹਾ ਕੋਈ 1.36 ਵਜ਼ਨ ਤੋਂ ਇਲਾਵਾ ਤੁਹਾਨੂੰ ਹੋਰ ਵੀ ਦਿੱਕਤਾਂ ਸੀਗੀਆਂ ਜਿਸ ਤਰ੍ਹਾਂ ਸ਼ੂਗਰ ਬੀ ਪੀ ਉਹ ਕਿੰਨੀ ਦੇਰ ਤੋਂ ਸੀਗਾ ਸ਼ੂਗਰ ਸੀਗੀ ਜੀ ਮੈਨੂੰ 2.5 ਸਾਲ ਤੋਂ ਅੱਛਾ ਜਦੋਂ ਮੈਨੂੰ ਪਤਾ ਲੱਗਾ ਤੇ ਬੀ ਪੀ ਤੋਂ ਤਾਂ ਹੋ ਗਿਆ ਸੀ ਕੋਈ 3-4 ਸਾਲ ਉਹਦਾ ਇਲਾਜ ਕਰ ਰਹੇ ਸੀਗੇ ਹਾਂਜੀ ਵੀ ਮੈਂ ਗੋਲੀ ਖਾ ਰਿਹਾ ਸੀ ਗੋਲੀ ਖਾਣ ਦੇ ਬਾਵਜੂਦ ਵੀ ਸ਼ੂਗਰ ਕੰਟਰੋਲ ਤੋਂ ਬਾਹਰ ਰਹਿ ਰਹੀ ਸੀ ਕਿੰਨੀ ਕਾਲ 285 ਦੀ ਰੇਂਜ ਦੇ ਵਿੱਚ 300 ਦੇ ਲਗਭਗ ਰਹੀ ਸੀ ਹੋਰ ਕੋਈ ਫਾਇਦਾ ਲੱਗਦਾ ਹੋ ਗਿਆ ਹਾਲੇ ਤਾਂ ਵੈਸੇ ਹਫ਼ਤਾ ਹੀ ਹੋਇਆ ਤੇ ਵਜ਼ਨ ਘਟਣ ਨੂੰ ਤੁਹਾਨੂੰ ਮੈਕਸੀਮਮ ਜਿਹੜਾ ਹੈ ਸਾਲ 1.5 ਸਾਲ ਲੱਗ ਜਾਣਾ 6 ਮਹੀਨੇ ਦੀ ਕਾਫ਼ੀ ਵਜ਼ਨ ਘਟਣਾ ਹੋਰ ਮੈਨੂੰ ਫਾਇਦਾ ਇਹ ਲੱਗ ਰਿਹਾ ਜੀ ਮੇਰੀ ਤੁਰਨ ਨੂੰ ਬ੍ਰੇਕ ਆ ਗਿਆ ਅੱਛਾ ਪਹਿਲਾਂ ਜਾਣੀ ਮੈਨੂੰ ਕੋਈ ਕੰਮ ਪੈਣਾ ਤਾਂ ਮੈਂ ਸੋਚ ਕੇ ਹੀ ਵਜਰਦਾ ਸੀ ਕਿ ਮੈਨੂੰ ਉੱਠਾ ਦਾ ਹੁਣ ਮੇਰਾ ਦਿਲ ਕਰਦਾ ਮੈਂ ਆਪਣੇ ਆਪ ਉੱਠ ਕੇ ਕੰਮ ਕਰਾਂ ਕਾਫ਼ੀ ਲੋਕ ਸਾਨੂੰ ਸਵਾਲ ਕਰਦੇ ਕਿ ਓਪਰੇਸ਼ਨ ਤੋਂ ਬਾਅਦ ਖਾਣਾ ਪੀਣਾ ਘੱਟ ਜਾਏਗਾ ਅਤੇ ਕਮਜ਼ੋਰੀ ਤਾਂ ਨਹੀਂ ਆਏਗੀ ਅੱਗੇ ਤਾਂ ਮੈਂ ਕੰਮ ਵੱਲ ਦੇਖ ਕੇ ਬੁਖਾਰ ਚੜ੍ਹਿਆ ਤਾਂ ਅੱਜ ਮੇਰਾ ਦਿਲ ਕਰਤਾ ਮੈਂ ਉੱਠ ਕੇ ਤੁਰਾ ਪਿਆ ਟਾਈਮ ਦੀ ਓਪਰੇਸ਼ਨ ਕਰਾ ਲਓ ਜ਼ਿੰਦਗੀ ਜਿਹੜੀ ਹੈ ਬੈਟਰ ਬਿਤਾਈ ਤੁਹਾਨੂੰ ਅਸੀਂ ਜੋ ਦਵਾਈਆਂ ਲਿਖ ਰਹੇ ਹੋ ਲੈਂਦੇ ਰਹੇ ਨਾ ਠੀਕ ਹੈ ਟਾਈਮ ਬਾਈ ਟਾਈਮ ਜਿਸ ਤਰ੍ਹਾਂ ਇਸ ਤਰ੍ਹਾਂ ਵਜ਼ਨ ਘਟੇਗਾ ਸਭ ਲਿਖਦੇ ਰਹਾਂਗੇ ਠੀਕ ਹੈ ਦੁਬਾਰਾ ਮੇਬੀ 3 ਮਹੀਨੇ ਬਾਅਦ ਫਿਰ ਤੁਹਾਡੀ ਵੀਡੀਓ ਬਣਾ ਕੇ